ਪੀਰ ਗਰਾਟ ਸ਼ਰੀਫ ਆਏ ਆ ਜਿਹੜਾ ਕਿ ਰੋਡ ਤੋਂ ਤਕਰੀਬਨ 35 ਕਿਲੋਮੀਟਰ ਦੇ ਫੈਸਲੇ ਤੇ ਦੀਨਾ ਜ਼ਿਲ੍ਹਾ ਜੇਹਲਮ ਜੀ ਮੈਸੀਆਂ ਕੋਠਲੀ ਦੇ ਕਰੀਬ ਇਹ ਮੁਹੰਮਦ ਜੈਦ ਸਾਹਿਬ ਅਰਸਾ 30 ਸਾਲ ਤੋਂ ਇੱਥੇ ਆਪਣੀ ਡਿਊਟੀ ਦੇ ਰਹੇ ਇਹਨਾਂ ਕੋਲ ਪੁੱਛਾਂਗੇ ਇਸ ਪਾਣੀ ਦੇ ਕਰਾਮਾਤ ਔਰ ਪਾਣੀ ਕਿਸ ਤਰ੍ਹਾਂ ਪੀਤਾ ਜਾ ਸਕਦਾ ਔਰ ਜਿਹੜੇ ਬਜ਼ੁਰਗ ਇੱਥੇ ਇਹਨਾਂ ਦਾ ਮਜ਼ਾਰ ਹੈ ਇਹਨਾਂ ਦੀ ਕੀ ਕਰਾਮਾਤ ਔਰ ਕਦੋਂ ਇੱਥੇ ਆਪਣਾ ਉਹਨਾਂ ਡੇਰਾ ਲਾਇਆ ਜੀ ਬਜ਼ੁਰਗ ਪਹਿਲੀ ਗੱਲ ਹੈ ਕਿ ਇਸ ਦਾ ਪਾਣੀ ਪੀਣ ਦਾ ਤਰੀਕਾਕਾਰ ਮਾਲੂਮ ਕਰੋ ਜਦ ਤੱਕ ਤਰੀਕਾਕਾਰ ਨਹੀਂ ਹੈ ਆਪਣੀ ਮੰਜ਼ਿਲ ਤੇ ਬੰਦਾ ਨਹੀਂ ਜਾ ਸਕਦਾ ਇਹ ਪਾਣੀ ਪੀਣ ਦਾ ਤਰੀਕਾਕਾਰ ਕੁਝ ਇਸ ਤਰ੍ਹਾਂ ਕਿ ਰਾਤ ਦਾ ਖਾਣਾ ਖਾਧਿਆ ਵਾ ਸੁਬਹ ਖਾਲੀ ਪੇਟ ਬਣ ਕੀਤਾ ਜਾਏ ਅਗਰ ਖਾਣਾ ਖਾ ਲਿਆ 5-6 ਘੰਟੇ ਗੁਜ਼ਰ ਜਾਣ ਤਾਂ ਫਿਰ ਵੀ ਪਾਣੀ ਪੀਤਾ ਜਾ ਸਕਦਾ ਪਾਣੀ ਪੀਣ ਦੇ ਨਾਲ ਨਾਲ ਗੁੜ ਰੇਬੜੀ ਮਖਾਨਾ ਟਾਫੀ ਦਾ ਇਸਤੇਮਾਲ ਕੀਤਾ ਜਾਏ ਉਹ ਕਿਉਂ ਕੀਤਾ ਜਾ ਕੀੜੇ ਚਮੋਣੇ ਦੂਸਰੇ ਨੰਬਰ ਤੇ ਅਗਰ ਕਿਸੇ ਦਾ ਬਲੱਡ ਪ੍ਰੈਸ਼ਰ ਹਾਈ ਹੁੰਦਾ ਤਾਂ ਮਿੱਠਾ ਕੰਟਰੋਲ ਰੱਖਦਾ ਤੀਸਰੇ ਨੰਬਰ ਜ਼ਬਾਨ ਦਾ ਜ਼ਾਇਕਾ ਚੇਂਜ ਹੁੰਦਾ ਕਿਤਨਾ ਪਾਣੀ ਪੀਣਾ ਔਰ ਕਿਤਨਾ ਟਾਈਮ 2-3 ਕਿਲੋ ਪਾਣੀ ਟਾਈਮ ਘੰਟਾ ਸਵਾ ਘੰਟਾ 1.5 ਘੰਟਾ 2 ਘੰਟੇ ਤੁਸੀਂ ਲਾ ਤੁਹਾਡੇ ਪੈ ਬੰਦੀ ਤੁਹਾਨੂੰ ਜਲਦੀ ਕਿਉਂ ਨਹੀਂ ਪੀਤਾ ਜਿਹੜਾ 2-2.5 ਲੀਟਰ ਪਾਣੀ ਬੰਦੇ ਨੇ ਜਿਸਮ 'ਚ ਹੋ ਜਾ ਸੀ ਟਾਈਮ ਘੰਟਾ ਸਵਾ ਘੰਟਾ ਗੁਜ਼ਰ ਕੇ ਰਵਾਏ ਅੱਜ ਤੱਕ ਅਮਲ ਜਾਰੀ ਹੋ ਜਾ ਸੀ ਜਦ ਤੱਕ ਪੇਟ 'ਚੋਂ ਨੀਲਾ ਪੀਲਾ ਪਾਣੀ ਆਪਸੀ ਪਾਣੀ ਪੀਣਿਆ ਰਹਿਣਾ ਸਫੇਦ ਹੋ ਗਿਆ ਤਾਂ ਪਾਣੀ ਛੋੜ ਦੇਣਾ 3 ਕਿਲੋ ਲਿਆ 4 ਕਿਲੋ ਲਿਆ ਅੱਧਾ ਕਿ 5 ਕਿਲੋ ਤੱਕ ਸਫੇਦ ਪਾਣੀ ਪੀਣਿਆ ਰਹਿਣਾ ਸਫੇਦ ਹੋ ਗਿਆ ਪਾਣੀ ਛੋੜਤਾ ਬਾਈ ਪਾਣੀ ਪੀਣ ਤੋਂ ਬਾਅਦ ਇੱਕ ਦਿਨ ਵਾਸੀ ਮਿਰਚਾਂ ਵਾਲੀ ਕੋਈ ਗਜ਼ਾ ਨਹੀਂ ਖਾਣੀ ਪਰਹੇਜ਼ ਅਗਲੀ ਗੱਲ ਸ਼ਫਾ ਮਿਨ ਜਨਮ ਲੈ ਦਵਾਫੀ ਨਾ ਰਹੇ ਮੁਲਾ ਚੰਦ ਇੱਕ ਬਿਮਾਰੀਆਂ ਦੇ ਇਸ ਪਾਣੀ ਦੀ ਰਿਪੋਰਟ ਮਿਲਦੀ ਹੈ ਕਸਰਤ ਦੇ ਨਾਲ ਫੀਸਰੀ ਫੋੜਾ ਖਾਰਜ ਦਮਾ ਤੇਰਾ ਰੇਸ਼ਾ ਯੰਡਸਟਰ ਕੰਮ ਜਿਹੜਾ ਅੱਜ ਕੱਲ੍ਹ ਘਰ ਘਰ ਪੈ ਫਿਰਦਾ ਡੈਮੀ ਕਬਜ਼ ਗੈਸ ਹੁਣੀ ਬਵਾਸੀਰ ਕਿਸੇ ਬੰਦੇ ਨੇ ਮੇਰੇ ਚੱਲ ਸਰ ਸੋਜਿਸ਼ ਹੈ ਗੁਰਦੇ ਦੀ ਕਕਰੀ ਪਰੇ ਜੋੜਨ ਦਰਦ ਸ਼ੂਗਰ ਹੈ ਇਹਨਾਂ ਬਿਮਾਰੀਆਂ ਦੀ ਕਸਰਤ ਦੇ ਨਾਲ ਮੌਜੂਦਾ ਦੌਰ 'ਚ ਰਿਪੋਰਟ ਆ ਰਹੀ ਹੈ ਇੱਥੇ ਪੀਸੋ ਜਾਂ ਕਾਰ ਪੀਸੋ ਫੈਜ ਇੱਕੋ ਜਿਤਨਾ ਇੱਕ ਬੰਦੇ ਵਾਸੀ 5 ਕਿਲੋ ਪਾਣੀ ਚਾਹੀਦਾ ਰਵਾਈ ਅੱਜ ਸ਼ੁਰੂ ਹੀ ਟਾਇਲਟ ਪੇਪਰ ਕੱਪੜਾ ਰੋਈਂਦਾ ਜਾਂ ਢੀਮ ਦਾ ਇਸਤੇਮਾਲ ਕਰਨਾ 57 ਉਸ ਲੈ ਕਰਨਾ ਜਿਸਲੇ ਪਾਣੀ ਛੱਡੋਗੇ ਅੱਧੇ 1.25 ਘੰਟੇ ਬਾਅਦ ਡਿਸੈਂਟਰੀ ਅੰਬਲ ਖਤਮ ਤਾਂ ਫਿਰ ਸਤੰਜਾ ਕਰਨਾ ਗੱਲ ਖਤਮ ਹੋ ਗਈ ਜੀ ਸਾਦਾ ਲਫ਼ਜ਼ਾਂ ਚ ਬਾਬਾ ਜੀ ਜਿਹੜਾ ਇਹ ਪਾਣੀ ਇਸਤੇਮਾਲ ਅਸਾਂ ਕਰਨਾ ਹੈ ਯਾ ਤਾਂ ਘਰਾਂ ਚ ਅਸੀਂ ਪਾਣੀ ਨਾਲ ਸਤੰਜਾ ਨਹੀਂ ਕਰਨਾ ਟਿਸ਼ੂ ਪੇਪਰ ਕੱਪੜਾ ਠੀਕ ਹੈ ਜਦੋਂ ਤੁਹਾਡੀ ਇਹ ਅਮਲ ਜਾਰੀ ਹੈ ਬਾਬਾ ਜੀ ਇਹ ਦੱਸੋ ਕਿ ਸੁਣਨੇ ਚ ਆਇਆ ਕਿ ਸਾਲ ਵਿੱਚ ਕੁਝ 2 ਮਹੀਨੇ ਹੁੰਦੇ ਹਨ ਜਿਨ੍ਹਾਂ ਚ ਦਾ ਅਸਰ ਹੁੰਦਾ ਹੈ ਬਾਕੀ ਪੂਰਾ ਸਾਲ ਨਹੀਂ ਪੀਣਾ ਚਾਹੀਦਾ ਇਹ ਗੱਲ ਅੱਜ ਤੋਂ 50 ਸਾਲ ਪਹਿਲਾਂ 100 ਸਾਲ ਪਹਿਲਾਂ ਅਸਰ ਵਾਲੀ ਗੱਲ ਨਹੀਂ ਹੁਣ ਅਗਲੀ ਗੱਲ ਜਿਹੜੀ ਤੁਸੀਂ ਪੁੱਛਣਾ ਚਾਹੁੰਦੇ ਹੋ ਮੇਰੇ ਕੋਲ ਜੀ ਅੱਜ ਤੋਂ 50 ਸਾਲ 100 ਸਾਲ ਪਹਿਲਾਂ ਸਾਡੇ ਔਰ ਤੁਹਾਡੇ ਜਿਹੜੇ ਬਵਾਏ ਦਾ ਤੁਹਾਨੂੰ ਹਰ 6 ਮਹੀਨੇ ਬਾਅਦ ਮੇਰੇ ਦਾ ਵਾਸ਼ ਕੀਤਾ ਜਾਂਦਾ ਸੀ ਠੀਕ ਹੈ ਜਿਸ ਦੀ ਵਜ੍ਹਾ ਦੀ ਕੋਈ ਬਿਮਾਰੀ ਡਿਕਲੇਅਰ ਨਾ ਸੀ ਮੌਤ ਆਪਣੇ ਵਕਤ ਦੀ ਇੰਤਜ਼ਾਰ ਕਰ ਰਹੀ ਸੀ ਠੀਕ ਚਾਤਰ ਵਿਸਾਖ ਤੇ ਸਿੱਖ ਦੇ ਦਰਮਿਆਨ ਇਹ ਮੌਸਮ ਬਾਹਰੋਂ ਖਦਾ ਹੈ ਇਹਦੇ ਦਰਮਿਆਨ ਕਸਰਤ ਦੇ ਨਾਲ ਕਰਨੇ ਸਨ ਹੋਮਿਓ ਪੈਥੋ ਕੋਈ ਯੂਨਾਨੀ ਔਰ ਮੈਡੀਕਲ ਨਾਲ ਵੀ ਕਰਦੇ ਸਨ ਲਿਆਦਾ ਜਦੋਂ ਇਹ ਪਾਣੀ ਦਸਤਿਆਬ ਹੈ ਉਸ ਸਾਈਡ ਕੀ ਛੋੜ ਕੇ ਜ਼ਿਲ੍ਹਾ ਜੇਲ੍ਹ ਮੁਦ ਅਗਲੇ ਪਿਛਲੇ ਕਰੀਬ ਸੂਬਾ ਪੰਜਾਬ ਦੇ ਜਿਤਨੇ ਲੋਕ ਸਨ ਇਹਦੇ ਕੋਲ ਫਾਇਦਾ ਲੈਣ ਲੱਗ ਪਏ ਇਹਦਾ ਫਾਇਦਾ ਇਹ ਹੈ ਕਿ ਹੋਮਿਓ ਪੈਥੋ ਕੋਈ ਯੂਨਾਨੀ ਮੈਡੀਕਲ ਤਰੀਕੇ ਨਾਲ ਮੈਂ ਤਾਂ ਬਾਸ਼ ਕਰ ਤੋਂ ਸਭ ਤੋਂ ਪਹਿਲੀ ਗੱਲ ਕਿ ਜ਼ਾਤੀ ਨਿਮਕੋਲ ਲਾਇਆ ਉਸੀ ਕਮਜ਼ੋਰੀ ਉਸੀ ਥਕਾਵਟ ਮਹਿਸੂਸ ਹੋ ਸੀ ਚੱਕਰ ਆਉਸੀ ਉਹਦੀ ਵਜ੍ਹਾ ਇਹ ਹੈ ਕਿ ਰਾਤੀ ਨਿਮਕੋਲ ਲਾਇਆ ਹੋਣਾ ਇਸ ਪਾਣੀ ਵਿੱਚ ਇਹ ਖੂਬੀ ਪਾਈ ਗਈ ਹੈ ਕਿ ਅਗਰ ਪਾਣੀ ਪੀਣ ਦੀ ਪਹਿਲਾਂ ਹੀ ਕਿਸੇ ਦਾ ਨਿਮਕੋਲ ਕੰਮ ਹੈ ਜਿਸਮਾਨੀ ਪਾਣੀ ਕੰਮ ਹੈ ਹਰ ਬੰਦੇ ਨੇ 96% ਨਿਮਕੋਲ ਵਾ 80% ਖੂਨ ਹੋਵਾ ਤਾਂ ਬੰਦਾ ਵਰਕਿੰਗ ਹਾਲ ਤੋਂ ਮੈਂ ਲਿਆਦਾ ਪਹਿਲਾਂ ਤੁਹਾਡਾ 96% ਨਿਮਕੋਲ ਪੂਰਾ ਕਰਸੀ ਉਸ ਤੋਂ ਬਾਅਦ ਡਿਸੈਂਟਰੀ ਅਮਲ ਕਰਸੀ ਜਿਸ ਦੀ ਵਜ੍ਹਾ ਤੇ ਕਮਜ਼ੋਰੀ ਵਾਕਿਆ ਨਹੀਂ ਹੁੰਦੀ ਅਗਲੀ ਕੋ ਗੱਲ ਕਰੋ ਦੂਸਰਾ ਬਜ਼ੁਰਗੋ ਜੀ ਇਹ ਦੱਸੋ ਕਿ ਪੀਰ ਸਾਹਿਬ ਕਦੋਂ ਇਸ ਜਗ੍ਹਾ ਤਸ਼ਰੀਫ ਲਾਏ ਸਨ ਇਹਨਾਂ ਦਾ ਮਜ਼ਾਰ ਕਦੋਂ ਦਾ ਔਰ ਪਾਣੀ ਕਿਸ ਵਜ੍ਹਾ ਨਾਲ ਛਪਾਵੇ ਦਾ ਇਹ ਲਾ ਇਲਮ ਹੈ ਜੀ ਮੈਂ ਅੱਜ ਤੋਂ 30 ਸਾਲ ਪਹਿਲਾਂ ਇੱਥੇ ਆਇਆ ਜਿਸ ਤਰ੍ਹਾਂ ਤੁਸੀਂ ਮੇਰੇ ਤੋਂ ਸਵਾਲ ਪੇ ਕਰਦੇ ਹੋ ਇਸੇ ਤਰ੍ਹਾਂ ਇੱਕ ਬੰਦੇ ਨੇ ਸਵਾਲ ਕੀਤਾ ਤੇ ਮੈਂ ਪਛੜੀਆਂ ਮਾਰੀਆਂ ਇੱਥੇ ਹੈਡਮਾਸਟਰ ਸਾਹਿਬ ਚੱਕਲ ਮਾਸ ਤੇ ਬੈਠੇ ਹੋਏ ਸਨ ਹਾਈ ਕੁਆਲੀਫਿਕੇਸ਼ਨ ਉਹਨਾਂ ਮੈਨੂੰ ਪਕੜ ਲਿਆ ਉਹਨਾਂ ਕਿਹਾ ਬਾਬਾ ਜੀ ਤੁਸੀਂ ਬਾਬਾ ਤੇ ਨਹੀਂ ਮੈਂ ਤੁਸਾਂ ਆ ਰਹੀ ਸਾਂ 39 ਸਾਲ ਮੇਰੀ ਉਮਰ ਸੀ
ਸਗਾ ਬਾਬਾ ਜੀ ਤੁਸੀਂ ਕੋਈ ਟੂ ਦਾ ਪੁਆਇੰਟ ਬਾਤ ਨਹੀਂ ਕਰ ਰਹੇ, ਤੁਸੀਂ ਕਿਹੜਾ ਹਸਪਤਾਲ ਚਲੇ ਜਾਓ? ਚੱਕ ਮਾਸਟਰ ਆਸ਼ਕ ਸਾਹਿਬ ਖਾਂਦਾ ਖਾਂਦਾ ਤਾਂ ਬਰਾਦੀ ਥੱਲੇ ਖੜੂ, ਉਹ ਸਾਡੇ ਇਲਾਕੇ ਦਾ ਛੱਜਰਾ, ਉਹਨਾਂ ਕੋਲ ਸੀ। ਸਨ 1951 ਚ ਯੂਨੀਅਨ ਕੌਂਸਲ ਸਿਸਟਮ ਕਾਇਮ ਹੋਇਆ, ਇਸ ਤੋਂ ਪਹਿਲਾਂ ਛੱਜਰੇ ਉਹਨਾਂ ਕੋਲ ਸੀ। ਤੁਸੀਂ ਉੱਥੇ ਜਾਓ, ਉੱਥੋਂ ਤੁਹਾਨੂੰ ਮਵਾਦ ਮਿਲ ਸੀ। ਇਹ ਕਿਲ੍ਹਾ ਹਰਤਾਜ ਦੀ ਕਿਤਾਬ ਚ ਮੌਜੂਦ ਹੈ, ਬਕਾਇਆ ਤਾਂ ਸਭ ਗੱਲਾਂ ਮਨ ਘਾਟ ਨੇ। ਕਿਲ੍ਹਾ ਹਰਤਾਜ ਦੀ ਕਿਤਾਬ ਸ਼ੇਰ ਸ਼ਾਹ ਸੂਰੀ ਦੌਰ ਜਿਸਕੀ ਚਸ਼ਮੇ ਦੀ ਖੂਹ ਦੀ ਸ਼ਕਲ ਦਿੱਤੀ। ਇੱਥੋਂ ਕਾਫਲਾ ਗੁਜ਼ਰ ਰਿਹਾ ਸੀ, ਕਿੱਦਾਂ ਸ਼ੇਰ ਸ਼ਾਹ ਸੂਰੀ ਨੇ ਇੱਥੇ ਬੇਸ਼ੁਮਾਰ ਜੂਮ ਇਕੱਠਾ ਹੋਇਆ ਸੀ। ਪੁੱਛਿਆ ਬਈ ਕਿਉਂ ਜੂਮ ਇਕੱਠਾ ਹੋਇਆ? ਅੱਜ ਕੱਲ੍ਹ ਤਾਂ ਬਾਦਸ਼ਾਹ ਨਹੀਂ ਸੀ, ਉਹ ਕੁਝ ਹੋਰ ਲੈਣਗੇ ਸੀ। ਮੈਂ ਕਿਹਾ ਬੰਦੇ ਪਾਣੀ ਪੀਣੇ ਠੀਕ ਹੋ ਜਾਣ, ਬਿਮਾਰ ਠੀਕ ਹੋ ਜਾਣ, ਆਪਣੀ ਫੌਜ ਕੀ ਕੈਂਪ ਕਰਾਇਆ ਪਾਣੀ ਪੀਤਾ। 75% ਬੰਦੇ ਠੀਕ ਹੋ ਗਏ। ਉਸਨੇ ਇਹ ਚਸ਼ਮਾ ਸੀ ਛੋਟਾ ਜਿਹਾ 1.5 ਫੁੱਟ, ਉਸਨੇ ਖੂਹ ਦੀ ਸ਼ਕਲ ਦਿੱਤੀ। ਔਰ ਹਰ ਸਾਲ ਹਜ਼ਾਰਾਂ ਲੋਕ ਇੱਥੋਂ ਹਜ਼ਾਰਾਂ ਲੋਕ ਮੁਫੀਦ ਹੁੰਦੇ। ਹਰ ਪਾਣੀ ਖਤਮ ਨਹੀਂ ਹੋ ਰਿਹਾ, ਪਾਣੀ ਖਤਮ ਨਹੀਂ, ਉਹ ਪਾਣੀ ਖਤਮ ਹੋ ਜਾਂਦਾ। ਅਗਰ ਆਮਦਨ ਹੈ ਤੁਹਾਡੀ 100 ਰੁਪਇਆ, ਖਰਚਾ ਵਾ 500 ਰੁਪਇਆ, ਖਤਮ ਹੋ ਜਾਣਾ। ਜੇ ਇਸ ਪਾਣੀ ਦੀ ਸਪੀਡ ਤੇ ਵਾਮ ਦੀ ਸਪੀਡ ਇਸਤੇਮਾਲ ਦੀ ਜ਼ਿਆਦਾ, ਪਾਣੀ ਥੱਲੇ ਚਲ ਜਾਂਦਾ। ਠੀਕ ਹੈ, ਪਾਣੀ ਜੁਮੇਤਵਾਰ ਨਾਲ ਮਿਲਣਾ ਹੀ ਨੀ ਸੀ। ਔਰ ਖਾਸ ਕਰਕੇ ਚੈਤਰ ਵਿਸਾਖ ਦੇ ਦਰਮਿਆਨ ਚ 10 ਕਿਲੋਮੀਟਰ ਏਰੀਆ ਚਾਰ ਸ਼ਵੇਰੀਆਂ, ਇਹਨਾਂ ਨੂੰ ਪਾਬੰਦੀ ਸੀ ਕਿ ਪਾਣੀ ਨਾ ਪੀਓ। ਕੋਈ ਗਵਰਨਮੈਂਟ ਤੋਂ ਕੋਈ ਰਿਕੁਐਸਟ ਕਰਨਾ ਚਾਹੁੰਦੇ ਹੋ? ਕਿਉਂਕਿ ਇੱਕ ਜ਼ਾਹਿਰ ਜ਼ਿਆਰਤ ਹੋ ਗਈ ਹੈ, ਇਸ ਜਗ੍ਹਾ ਤੇ ਲੋਕ ਆ ਰਹੇ ਨੇ, ਰਸਤੇ ਦਾ ਤੁਹਾਨੂੰ ਮਸਲਾ ਬਣਦਾ ਹੈ ਬੇਟਾ। ਇੱਕ ਹਜ਼ਾਰਾਂ ਹਾਂ ਦਰਖਾਸਤਾਂ ਕੀਤੀਆਂ, ਕਿਸੇ ਬੰਦੇ ਗੱਲ ਨਾ ਸੁਣੀ। ਉਸ ਆਖਿਆ ਕਈ ਵਾਰੀ ਮਾਰੀਆਂ ਵਾਦਾਂ ਬੁਲਾਇਆ ਕਈ ਵਾਰ, ਤੇ ਕਿਸੇ ਨਾ ਸਾਡੀ ਗੱਲ ਸੁਣੀ। ਠੀਕ, ਸਮਝ ਗਏ? ਇਨਸ਼ਾਅੱਲਾ ਬਜ਼ੁਰਗੋ, ਇਸ ਵੀਡੀਓ ਦੇ ਮੈਸੇਜ ਦੇ ਥਰੂ ਅਸੀਂ ਲੋਕਾਂ ਤੱਕ ਪਹੁੰਚਾਵਾਂਗੇ, ਗਵਰਨਮੈਂਟ ਨੂੰ ਇਸ ਚੀਜ਼ ਦਾ ਮੈਸੇਜ ਦੇਵਾਂਗੇ ਕਿ ਇਸ ਜਗ੍ਹਾ ਤੱਕ ਰੋਡ ਜਾਂ ਕੋਈ ਇਸ ਤਰ੍ਹਾਂ ਰਸਤਾ ਬਣਾ। ਯਾਰ ਅਸਮਾਨਾਂ ਦਾ ਤਾਂ ਪੇ ਰੋਡ ਬਣਦੇ ਨੇ, ਆਨ ਰੱਖ, ਮੈਂ ਕਿਸੇ ਦਾ ਕੋਈ ਡਰ ਨਹੀਂ। ਇਨਸ਼ਾਅੱਲਾ ਤੁਸੀਂ ਬੇਫਿਕਰ ਹੋ। ਸੁਣੋ, ਅਸਮਾਨਾਂ ਦਾ ਪੇ ਰੋਡ ਬਣਦੇ, ਜ਼ਮੀਨ ਤੇ ਰੋਡ ਹੀ ਕੋ ਨਹੀਂ, ਅਸੀਂ ਪਾਕਿਸਤਾਨੀ ਸ਼ਹਿਰੀ ਨਾ, ਕਿਆ ਸਾਨੂੰ ਕੋਈ ਹੱਕ ਹਾਸਲ ਨਹੀਂ ਦਿੰਦਾ ਰਹਿਣ ਦਾ? ਉਹ ਕਿਹੜੀ ਦੁਨੀਆ ਹੈ, ਕਿਹੜੇ ਮੁਲਕ ਚ ਅਸੀਂ ਰਹਿ ਰਹੇ ਹਾਂ? ਅਗਲੀ ਗੱਲ ਕਰੋ। ਸੋਹਣੀ ਗੱਲ ਹੈ ਜੀ ਬਾਬਾ ਜੀ, ਇੱਥੇ 35 ਸਾਲ ਤੋਂ ਤੁਸੀਂ ਸੁਣਿਆ ਇਹਨਾਂ ਦਾ ਸਾਰਾ ਮਫਹੂਮ, ਇਹ ਬਹੁਤ ਹੀ ਮੁਫੀਦ ਜਗ੍ਹਾ, ਔਰ ਇਹ ਕਿਸਮ ਦੀ ਸਾਡੇ ਵਾਸਤੇ ਨਿਹਮਤ, ਅੱਲਾ ਪਾਕ ਦੀ ਰਹਿਮਤ ਹੈ। ਸਾਡੀ ਜ਼ਿਲ੍ਹਾ ਜੇਲਮ ਦੀ ਸ਼ਨਾਖਤ ਹੈ, ਕਿੱਥੇ ਨਹੀਂ ਘਰ ਦੀਨ ਹੈ, ਕੋਈ ਪਤਾ ਨਹੀਂ ਦੀਨਾ ਕਿੱਥੇ ਵੈ। ਉਹ ਯਾਰਾ ਪੀਰ ਗਰਾਡ ਕਦੇ ਗਏ ਹੋ? ਉਹ ਯਾਰਾ ਅਸਾਂ ਤੇ ਜਾਣਦੇ ਹਾਂ, ਉਹ ਹੈ ਫਲਾਣੀ ਜਗ੍ਹਾ, ਉਹ ਅਸੀਂ ਕਈ ਵਾਰੀ ਗਏ ਹਾਂ। ਉਹ ਕਿੱਥੇ ਨਹੀਂ ਘਰ ਕੋਟਲੀ ਮੈਸੀਆਂ, ਕੋਈ ਪਤਾ ਨਹੀਂ ਕੋਟਲੀ ਮੈਸੀਆਂ। ਉਹ ਯਾਰਾ ਪੀਰ ਗਰਾਡ ਕਦੇ ਗਏ ਹੋ? ਉਹ ਯਾਰਾ ਗਏ ਹਾਂ, ਉੱਥੇ ਹੀ ਆ ਨਾ। ਮਤਲਬ ਉਹਨਾਂ ਦੀ ਏਜ ਲਿਮਿਟ ਕਿਤਨੀ ਹੋਣੀ ਚਾਹੀਦੀ ਅਗਰ ਅਸਾਂ ਵੀ ਉਹਨਾਂ ਨੂੰ ਪਲਾਈਏ? ਇਹਦੇ ਮੁਤਲਕ ਕੋਈ ਏਜ ਦੀ ਜ਼ਰੂਰਤ ਨਹੀਂ, ਠੀਕ ਹੈ, ਲਿਮਿਟ ਨਹੀਂ ਹੈ, ਕੋਈ ਲਿਮਿਟ ਨਹੀਂ। ਅੱਛਾ, ਹੁਣ ਤੁਸੀਂ ਤੱਕੋ ਇੱਕ ਬੰਦਾ ਲਾਹੌਰ ਦਾ 6 ਤੋਂ 7 ਮਹੀਨੇ ਬੱਚੇ ਦੀ ਉਮਰ, ਡਾਕਟਰ ਪੇ ਆਉਂਦਾ ਕਿ ਸਿੱਧਾ ਆਪਰੇਸ਼ਨ ਹੋ ਸੀ, ਉਸਕੀ ਕਿਸੇ ਦੱਸਿਆ ਉੱਥੇ ਆ ਗਿਆ। ਮੇਰੇ ਦਿਮਾਗ ਚ ਜਿਸ ਤਰ੍ਹਾਂ ਕਿਸੇ ਨੇ ਅੱਲਾ ਨਿਜ਼ਾਦ ਪਾਕ ਦੀ ਤਰਫੋਂ ਕਰਮ ਹੋਣਾ ਬੈਣ, ਤਾਂ ਦਿਮਾਗ ਚ ਅੱਲਾ ਨਿਜ਼ਾਦ ਪਾਕ ਕੰਪਿਊਟਰ ਚ ਆਪੋ ਗੱਲਾਂ ਭੇਜ ਦਿੰਦਾ। ਮੈਂ ਉਸ ਕੋਲ ਪੁੱਛਿਆ, ਕਿਆ ਉਹ ਬੱਚਾ ਆਪਣੀ ਮੰਮੀ ਦਾ ਦੁੱਧ ਪੀਂਦਾ? ਤਾਂ ਨਹੀਂ ਪੀਂਦਾ, ਉਹ ਤਾਂ ਫੀਡਰ ਪੀਂਦਾ। ਫੀਡਰ ਕਿੱਦਾਂ ਪੀਂਦਾ? ਉਸ ਆਖਿਆ ਫੀਡਰ ਤਾਂ ਪੀ ਲੈਂਦਾ ਤਕਰੀਬਨ 1.5 ਪਾਉ। ਮੈਂ ਕਿਹਾ ਇਹ ਪਾਣੀ ਪਾ ਕੇ ਤੁਸੀਂ ਰੂਹ ਅਫਸਾ ਪਾ ਦੇ, 3 ਘੰਟੇ ਇੰਤਜ਼ਾਰ ਕਰਨੀ, 3 ਘੰਟਿਆਂ ਬਾਅਦ ਕੋਟੀ ਨਹੀਂ ਲੱਗੀ, ਦੁਬਾਰਾ ਫੀਡਰ ਬਣਾ ਕੇ ਪਿਲਾ ਦੇਣਾ। ਅੱਛਾ ਜੀ, ਫੋਨ ਨੰਬਰ ਮੇਰਾ ਲੈ ਗਿਆ, 3 ਘੰਟੇ ਇੰਤਜ਼ਾਰ ਕੀ ਕੋਟੀ ਕੋਈ ਲੱਗੀ, ਫਿਰ ਪਿਲਾ ਤਾ, ਅੱਧਾ ਫੀਡਰ ਪਿਲਾ, ਕੋਟੀ ਲੱਗ ਗਈ। ਹੱਤਾ ਕਿ ਉਹ ਬਗੈਰ ਆਪਰੇਸ਼ਨ ਤੋਂ, ਮੈਂ ਕਿਹਾ ਇਸ ਕੀ ਮੁਸਲਸਲ ਇੱਕ ਫੀਡਰ 5 ਦਿਨ ਲਗਾਤਾਰ, ਉਸ ਤੋਂ ਬਾਅਦ 1 ਦਿਨ ਵੀ ਛੋੜਨਾ, ਫਿਰ 2 ਦਿਨ ਛੋੜਨਾ, ਫਿਰ 3 ਦਿਨ ਛੋੜਨਾ, 4 ਦਿਨ ਛੋੜਨਾ, 5 ਦਿਨ, ਹਰ 10 ਦਿਨ ਨਾਲ ਇੱਕ ਫੀਡਰ ਸਿਸਟਮ ਇਸ ਤਰ੍ਹਾਂ ਠੀਕ ਬਰਕਰਾਰ ਟਿਕਾ। ਅੱਜ ਉਹ ਬੱਚਾ 18 ਸਾਲ ਦਾ, ਬਗੈਰ ਆਪਰੇਸ਼ਨ ਤੋਂ। ਉਹ ਇਤਨੀ ਕੀਮਤੀ ਚੀਜ਼, ਉਹ ਡਾਕਟਰ ਪਿਆ ਆਉਂਦਾ ਆਪਰੇਸ਼ਨ ਕਰ ਸਾਂ, ਉਹ ਬੰਦਾ ਬਗੈਰ ਪੈਸਿਆਂ ਤੋਂ ਪਿਆ ਠੀਕ ਹੁੰਦਾ?
ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਤੁਸਾਂ ਦਾ ਇਨਸ਼ਾਅੱਲਾ ਫੇਰ ਜ਼ਿੰਦਗੀ ਰਹੀ ਤੁਸਾਂ ਨਾਲ ਮੁਲਾਕਾਤ ਹੋ ਸੀ ਸਾਡੀ ਇਹ ਅੱਜ ਜੀ ਬਿਸਮਿਲ੍ਲਾਹਿਰ ਰਹਿਮਾਨ ਰਹੀਮ ਇਹ ਉਹ ਜਗ੍ਹਾ ਜਹਾਂ ਪੇ ਆਜ ਹਮ ਆਏ ਹੈ ਜਿਸਕੋ ਪੀਰ ਗਰਾਟ ਕਾ ਪਾਣੀ ਕਹਾ ਜਾਤਾ ਹੈ ਜਿਸਸੇ ਲੋਕੋਂ ਕੋ ਸ਼ਿਫਾ ਮਿਲ ਰਹੀ ਹੈ ਉਨਕੇ ਪੇਟ ਕਾ ਕੋਈ ਵੀ ਮਸਲਾ ਹੋ ਰਹਾ ਹੈ ਤੋ ਆਜ ਹਮ ਇਧਰ ਆਏ ਹੈ ਆਪਨੇ ਬਜ਼ੁਰਗੋਂ ਕੀ ਵੀ ਬਾਤੇਂ ਸੁਣੀ ਹੈ ਤੋ ਇਧਰ ਆਏ ਆਪ ਯੇ ਪਾਣੀ ਪੀਏ ਕਿਉਂਕਿ ਇਹ ਦੋ ਮਾਂ ਜੋ ਹੋਤੇ ਹੈ ਇਸਮੇ ਯੇ ਪਾਣੀ ਪੀਣਾ ਬਹੁਤ ਮੁਫੀਦ ਹੈ ਜਿਸਮੇ ਬੱਚੇ ਬੂੜੇ ਸਭ ਕੋ ਪਾਣੀ ਪਿਲਾਏ ਔਰ ਯੇ ਵੋ ਜਗ੍ਹਾ ਜੋ ਜਹਾਂ ਸੇ ਯੇ ਚਸ਼ਮਾ ਨਿਕਲ ਰਿਹਾ ਔਰ ਅਰਸੇ ਦਰਾਜ ਸੇ ਜੋ ਹੈ ਯੇ ਪਾਣੀ ਨਿਕਲ ਰਿਹਾ ਜੋ ਅਭੀ ਤੱਕ ਖਤਮ ਨਹੀਂ ਹੁਆ ਤੋ ਆਪਣਾ ਖਿਆਲ ਰੱਖੀਏ ਮਾਜਿਦ ਅਫਰੀਦੀ ਕੇ ਸਾਥ ਸ਼ੁਕਰੀਆ।